ਅੱਜ ਇੱਕ ਪੰਜਾਬੀ ਤਹਿਰੀਰ, ਜ਼ਰਾ ਮੂੰਹ ਦਾ ਜ਼ਾਇਕਾ ਬਦਲੋ। ਅਨਵਾਨ ਹੈਗਾ ਲੋਰੀਏ। ਪੰਜਾਬੀ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇੱਕ ਸਿੱਖ, ਦੂਜੇ ਅਨਸਿੱਖ ਅਤੇ ਤੀਜੇ ਲੋਰੀਏ। ਵਜ਼ੀਰ ਸਿਹਤ ਡਾਕਟਰ ਯਾਸਮੀਨ ਰਾਸ਼ਦ ਨੇ ਕਿਹਾ ਹੈ ਕਿ ਲੋਰੀਏ ਦੁਨੀਆ ਦੀ ਵੱਖਰੀ ਮਖਲੂਕ ਨੇ। ਡਾਕਟਰ ਸਾਹਿਬਾਂ ਨੂੰ ਵੇਖ ਲਵੋ ਅਤੇ ਯਕੀਨ ਵੀ ਹੋ ਜਾਂਦਾ। ਲੋਰੀ ਹਮੇਸ਼ਾ ਖੁਸ਼ ਰਹਿੰਦੇ ਨੇ, ਕਿਉਂ ਖੁਸ਼ ਰਹਿੰਦੇ ਨੇ ਇਹਨਾਂ ਨੂੰ ਵੀ ਨਹੀਂ ਪਤਾ। ਵਜ੍ਹਾ ਦਾ ਪਤਾ ਹੁੰਦਾ ਤਾਂ ਇੰਨੇ ਖੁਸ਼ ਕਿਉਂ ਹੁੰਦੇ। ਇੱਕ ਲੋਰੀ ਕਹਿ ਰਿਹਾ ਸੀ ਕਿ ਅਸੀਂ ਦੋ ਗੱਲਾਂ 'ਤੇ ਹੱਸਦੇ ਹਾਂ, ਇੱਕ ਉਸ ਗੱਲ 'ਤੇ ਜਿਹੜੀ ਸਮਝ ਆ ਜਾਵੇ ਅਤੇ ਦੂਜਾ ਉਸ ਗੱਲ 'ਤੇ ਜਿਹੜੀ ਸਮਝ ਨਾ ਆਵੇ। ਤਾਰੀਖੀ ਤੌਰ 'ਤੇ ਲੋਰੀ ਹਮੇਸ਼ਾ ਇੱਕ ਜ਼ਿੰਦਾ ਦਿਲ ਕੌਮ ਰਹੇ ਨੇ। ਕੋਈ ਵੀ ਹਮਲਾਵਰ ਲਾਹੌਰ 'ਤੇ ਕਬਜ਼ਾ ਕਰਦਾ ਅਤੇ ਲੋਰੀਆਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦਾ ਕਿ ਕਬਜ਼ਾ ਮੈਂ ਕੀਤਾ, ਜਸ਼ਨ ਇਹ ਮਨਾ ਰਹੇ। ਲਾਹੌਰ 'ਚ ਇੱਕ ਦਫ਼ਾ ਕਤਲੇਆਮ ਹੋਇਆ ਅਤੇ ਇੱਕ ਲੋਰੀ ਆਪਣੇ 5-6 ਸਾਲ ਦੇ ਬੱਚੇ ਨੂੰ ਮੋਢਿਆਂ 'ਤੇ ਬਿਠਾ ਕੇ ਬਾਜ਼ਾਰ 'ਚ ਲਿਜਾ ਰਿਹਾ ਸੀ। ਕਿਸੇ ਪੁੱਛਿਆ ਕਿੱਥੇ ਜਾ ਰਹੇ ਹੋ, ਕਹਿਣ ਲੱਗਾ ਬੱਚੇ ਨੂੰ ਕਤਲਾਮ ਦਾ ਮੇਲਾ ਦਿਖਾਉਣ ਜਾ ਰਿਹਾ। ਕਰਾਚੀ ਉਹ ਸ਼ਹਿਰ ਹੈ ਜਿਹੜਾ ਸੌਂਦਾ ਹੀ ਨਹੀਂ ਅਤੇ ਲਾਹੌਰ ਉਹ ਸ਼ਹਿਰ ਹੈ ਜਿਹੜਾ ਉੱਠਦਾ ਹੀ ਨਹੀਂ। ਕਰਾਚੀ ਵਾਲੇ ਇੰਨਾ ਲਾਹੌਰ ਦੀਆਂ ਕੁੜੀਆਂ ਤੋਂ ਨਹੀਂ ਡਰਦੇ ਜਿੰਨਾ ਲਾਹੌਰ ਦੀਆਂ ਕੁੜੀਆਂ ਦੀ ਉਰਦੂ ਤੋਂ ਡਰਦੇ ਨੇ, ਅਤੇ ਲੋਰੀ ਵੀ ਇੰਨਾ ਕਰਾਚੀ ਦੀਆਂ ਕੁੜੀਆਂ ਤੋਂ ਨਹੀਂ ਡਰਦੇ ਜਿੰਨਾ ਉਹਨਾਂ ਦੀ ਸਿਹਤ ਤੋਂ ਡਰਦੇ ਨੇ। ਉਹ ਘਬਰਾਏ ਰਹਿੰਦੇ ਨੇ ਕਿਤੇ ਇਜ਼ਾਰੇ ਮੁਹੱਬਤ ਕਰਨ ਲੱਗਿਆਂ ਕੋਈ ਫ੍ਰੈਕਚਰ ਹੀ ਨਾ ਹੋ ਜਾਏ। ਕਰਾਚੀ ਵਾਲਾ ਤਾਂ 5 ਕਿਲੋ ਦਾ ਤਰਬੂਜ਼ ਖਰੀਦ ਲਵੇ ਅਤੇ ਘਰ ਫੋਨ ਕਰਕੇ ਕਹਿੰਦਾ ਵੱਡਾ ਗੇਟ ਖੁਲਵਾਉਣਾ, ਤਰਬੂਜ਼ ਲੈ ਕੇ ਆ ਰਹੇ ਹਾਂ। ਅਤੇ ਲੋਰੀ ਹਰ ਚੀਜ਼ ਖਾ ਜਾਂਦੇ ਨੇ। ਲੋਰੀ ਖਾ ਰਿਹਾ ਹੋਏ ਤਾਂ ਸਮਝ ਲਓ ਜਾਂ ਖਾਣਾ ਖਤਮ ਅਤੇ ਜਾਂ ਲੋਰੀ ਖਤਮ। ਕਰਾਚੀ ਦਾ ਲੋਰੀਆਂ ਨੂੰ ਖਾਂਦਿਆਂ ਵੇਖ ਕੇ ਇਹ ਹਾਲ ਹੋ ਜਾਂਦਾ ਕਿ ਉਹ ਹਾਜ਼ਮੂਲਾ ਲੱਭਣ ਲੱਗ ਪੈਂਦੇ ਨੇ। ਕਿਸੇ ਇਲਾਕੇ ਦੀ ਜ਼ਬਾਨ ਸਿੱਖਣ ਦਾ ਆਸਾਨ ਤਰੀਕਾ ਹੈ ਕਿ ਉਸ ਇਲਾਕੇ ਦੀ ਕੁੜੀ ਨਾਲ ਵਿਆਹ ਕਰ ਲਓ। ਵੈਸੇ ਪੰਜਾਬੀ ਉਹ ਜ਼ਬਾਨ ਹੈ ਜਿਹੜੀ ਇੱਕ ਵਿਆਹ ਨਾਲ ਨਹੀਂ ਆਉਂਦੀ, 2-3 ਕੋਸ਼ਿਸ਼ਾਂ ਕਰਨੀਆਂ ਪੈਣੀਆਂ। ਜੇ ਕਹਿੰਦੇ ਨੇ ਹਰ ਕਾਮਯਾਬ ਬੰਦੇ ਪਿੱਛੇ ਜ਼ਨਾਨੀ ਹੁੰਦੀ ਹੈ, ਪਰ ਲੋਰੀ ਕਹਿੰਦੇ ਨੇ ਹਰ ਕਾਮਯਾਬ ਬੰਦਾ ਜ਼ਨਾਨੀ ਪਿੱਛੇ ਹੁੰਦਾ। ਸਿੱਖਾ ਸ਼ਾਹੀ ਦੇ ਵਿੱਚ ਇੱਕ ਐਸਾ ਦੌਰ ਆਇਆ ਕਿ ਲਾਹੌਰ ਇੰਨਾ ਗੰਦਾ ਹੋ ਗਿਆ ਕਿ ਕੋਈ ਸਾਫ਼ ਸੁਥਰਾ ਬੰਦਾ ਨਜ਼ਰ ਆਉਂਦਾ ਅਤੇ ਫੱਟ ਪਤਾ ਚੱਲ ਜਾਂਦਾ ਕਿ ਇਹ ਹੁਣੇ ਹੀ ਕਿਤੇ ਬਾਹਰੋਂ ਆਇਆ ਹੈ। ਅੱਜ ਲਾਹੌਰ ਦਾ ਇਹ ਹਾਲ ਹੈ ਕਿ ਲਾਹੌਰ 'ਚ ਕੋਈ ਖੋਤਾ ਨਜ਼ਰ ਆ ਜਾਏ ਤਾਂ ਫੱਟ ਪਤਾ ਚੱਲ ਜਾਂਦਾ ਅੱਜ ਹੀ ਕਿਤੇ ਬਾਹਰੋਂ ਆਇਆ। ਅੱਜ ਲੋਰੀ ਕਹਿ ਸਕਦੇ ਨੇ ਕਿ ਸਾਡੀਆਂ ਕੋਸ਼ਿਸ਼ਾਂ ਨਾਲ ਲਾਹੌਰ ਉਹ ਸ਼ਹਿਰ ਹੈ ਜਿੱਥੇ ਸਭ ਤੋਂ ਘੱਟ ਖੋਤੇ ਨੇ, ਜ਼ਿਆਦਾਤਰ ਇਹ ਖਾ ਗਏ ਨੇ, ਬਾਕੀਆਂ ਨੂੰ ਇਸਲਾਮਾਬਾਦ ਭੇਜਤਾ। ਲੋਰੀ ਤਾਂ ਕਰੋਨਾ ਨੂੰ ਵੀ ਨਹੀਂ ਬਿਮਾਰੀ ਨਹੀਂ ਮੰਨਦੇ। ਕਹਿੰਦੇ ਨੇ ਸਿਰ ਪੀੜ, ਜਿਸਮ ਪੀੜ, ਬੋਲਣਾ ਮੁਸ਼ਕਲ, ਸਾਹ ਲੈਣਾ ਮੁਸ਼ਕਲ, ਟੈਂਪਰੇਚਰ ਹਾਈ, ਦਿਮਾਗ ਹਵਾਈ, ਜੀਨਾ ਦਵਾਈ, ਇਹ ਅਲਾਮਤਾਂ ਹੋਣ ਅਤੇ ਹੁਣ ਕਰੋਨਾ ਕਹਿੰਦੇ ਨੇ। ਪਹਿਲਾਂ ਜਿਸ ਬੰਦੇ 'ਚ ਅਲਾਮਤਾਂ ਹੁੰਦੀਆਂ ਸਨ ਉਹਨੂੰ ਸ਼ਾਦੀਸ਼ੁਦਾ ਕਹਿੰਦੇ ਸਨ। ਵੈਸੇ ਲੋਰੀ ਫੱਟ ਬਿਮਾਰੀ ਫੜ ਲੈਂਦੇ ਨੇ। ਇੱਕ ਲੋਰੀ ਦੀ ਲੱਤ ਟੁੱਟ ਗਈ, ਹਸਪਤਾਲ ਗਿਆ, ਵੇਖਿਆ ਇੱਕ ਬੰਦਾ ਬਿਸਤਰ 'ਤੇ ਪਿਆ ਸੀ, ਉਹਦੀਆਂ ਦੋਵੇਂ ਲੱਤਾਂ ਟੁੱਟੀਆਂ ਸਨ। ਉਹਨੂੰ ਵੇਖ ਕੇ ਕਹਿਣ ਲੱਗਾ ਭਾਅ ਜੀ ਤੁਹਾਡਾ ਮਰਜ਼ ਮੈਂ ਫੜ ਲਿਆ, ਤੁਹਾਡੀਆਂ ਦੋ ਬੀਵੀਆਂ ਨੇ ਨਾ। ਕਹਿੰਦੇ ਨੇ ਪਿਥਰਸ ਬੁਖਾਰੀ ਸਾਹਿਬ ਇੱਕ ਦਫ਼ਾ ਆਪਣੀ ਘੜੀ ਠੀਕ ਕਰਾਉਣ ਗਏ ਅਤੇ ਦੁਕਾਨ 'ਤੇ ਗਏ ਅਤੇ ਦੁਕਾਨਦਾਰ ਨੇ ਕਿਹਾ ਕਿ ਬਈ ਅਸੀਂ ਘੜੀਆਂ ਠੀਕ ਨਹੀਂ ਕਰਦੇ, ਅਸੀਂ ਖਤਨੇ ਕਰਨੇ ਆ। ਪਿਥਰਸ ਬੁਖਾਰੀ ਸਾਹਿਬ ਨੇ ਪੁੱਛਿਆ ਫਿਰ ਘੜੀਆਂ ਕਿਉਂ ਲਟਕਾਈਆਂ ਹੋਈਆਂ ਨੇ, ਅਤੇ ਲੋਰੀ ਕਹਿਣ ਲੱਗਾ ਫਿਰ ਤੁਸੀਂ ਦੱਸੋ ਕੀ ਲਟਕਾਈਏ। ਇਲਤਾਫ ਹੁਸੈਨ ਦੇ ਜ਼ਮਾਨੇ ਵਿੱਚ ਕਰਾਚੀ 'ਚ ਸਵੇਰੇ ਉੱਠ ਕੇ ਬੰਦਾ ਆਪਣੇ ਆਪ ਨੂੰ ਜ਼ਿੰਦਾ ਵੇਖ ਕੇ ਰੱਬ ਦਾ ਸ਼ੁਕਰ ਅਦਾ ਕਰਦਾ ਸੀ, ਅਤੇ ਫਿਰ ਨਹਾਉਣ ਲਈ ਪਾਣੀ ਅਤੇ ਖੁਸ਼ਬੂ ਵਾਲਾ ਸਾਬਣ ਲੱਭਦਾ ਸੀ ਤਾਂ ਕਿ ਦੂਜੇ ਵੀ ਜ਼ਿੰਦਾ ਰਹਿ ਸਕਣ। ਲੋਰੀ ਚੁੱਪ ਨਹੀਂ ਹੁੰਦਾ, ਇਸਲਾਮਾਬਾਦ ਵਾਲਾ ਬੋਲਦਾ ਨਹੀਂ ਅਤੇ ਕਰਾਚੀ ਵਾਲੇ ਦੀ ਕੋਈ ਸੁਣਦਾ ਨਹੀਂ।
इस्लामाबाद च इको ही खूबी है कि वह पिंडी नहीं। इस्लामाबाद वो शहर है जेदे रहायशी भी अपने नहीं रेंट देने। लॉरी की लाइफ का कोई जोड़ नहीं पर खर्चे इन्ने कि लाइफ नू क्रैची क्रैची कर देंगे ने। वैसे लाहौर ही नहीं बदलिया, लॉरी भी बदल गए ने। कुछ दिन पहले दोस्त नू पुछया कि अजकल लाहौर च रह रहे हैं, कहन लगे नहीं अजकल मैं डी एच ए च रह रहा। जो भी हो बंदा एक बार लाहौरी हो जाए फिर वो दुनिया जिथे मर्जी टुर जाए, जिन्ना मर्जी सियाणा हो जाए, रहिंदा लाहौरी ही है। वंस ए लाहौरी ऑलवेज ए लाहौरी।